ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਗੂ ਬਲੌਗ ਦੇ ਉੱਪਰ। ਅੱਜ ਮੈਂ ਬਲੌਗ ਦੀ ਸ਼ੁਰੂਆਤ ਕਰ ਰਹੀ ਹਾਂ ਈਵਨਿੰਗ 'ਤੇ। ਈਵਨਿੰਗ ਦੇ ਬਾਅਦ ਹੋ ਚੁੱਕੇ ਹੈਗਾ 5 ਦਾ ਟਾਈਮ ਹੈ, ਅਸੀਂ ਹੁਣੇ ਸੁੱਤੇ ਉੱਠਾਂਗੇ। ਅੱਜ ਕੰਮ ਤੋਂ ਆ ਕੇ ਥੱਕੇ ਹੋਏ ਕਰਕੇ ਨਾ, ਕੱਲ੍ਹ ਵੀ ਜਲਦੀ ਗਏ ਸੀ, ਮੋਰਨਿੰਗ ਜਲਦੀ ਸਟਾਰਟ ਕੀਤਾ ਸੀ, ਕੰਟੀਨਿਊ 8 ਘੰਟਿਆਂ ਦਾ ਕੰਮ ਸੀਗਾ ਅਤੇ ਅੱਜ 12 ਵਜੇ ਤੱਕ ਸੀਗਾ। ਫਿਰ ਮੈਂ ਆ ਕੇ ਖੁਦ ਨਾ ਆ ਕੇ ਪਵਿੱਤਰ ਨੂੰ ਨਵਾਇਆ ਅਤੇ ਹੋਰ ਸਾਰੇ ਕੰਮ ਕੀਤੇ। ਫਿਰ ਮੈਨੂੰ 3 ਕੁ ਵਜੇ ਨੀਂਦ ਆ ਗਈ ਅਤੇ ਅਸੀਂ ਸੁੱਤੇ ਹੋਏ ਸੀ। ਹੁਣ 5 ਵਜੇ ਜਾਗ ਆਈ ਹੈ ਅਚਾਨਕ, ਮੈਂ ਦੇਖਿਆ, ਮੈਂ ਕਿਹਾ ਵੀ ਹਨੇਰਾ ਹੋ ਰਿਹਾ ਹੈਗਾ, ਜੇ ਰੋਟੀ ਰੋਟੀ ਬਣਾਉਣੀ ਆ ਚੱਲ। ਫਿਰ ਮਨਪ੍ਰੀਤ ਕਹਿੰਦੇ ਮੈਨੂੰ ਚਾਹ ਬਣਾ ਕੇ ਦਿਓ, ਉਹਨਾਂ ਵਾਸਤੇ ਰੱਖੀ ਆ ਮੈਨੇ ਚਾਹ। ਮੈਂ ਕਿਹਾ ਚਲੋ ਬਾਕੀ ਦੇ ਕੰਮ ਬਾਅਦ 'ਚ ਵੀ ਕਰੂੰਗੀ, ਅਤੇ ਮੈਂ ਕੱਲ੍ਹ ਦੇ ਲਈ ਥੋੜ੍ਹੀ ਪ੍ਰੈਪ ਵੀ ਕਰਕੇ ਰੱਖਣਾ ਹੈਗਾ ਅਤੇ ਸਮਾਨ ਥੋੜ੍ਹਾ ਬਹੁਤਾ ਮਨਪ੍ਰੀਤ ਨੇ ਕੱਟਤਾ। ਬਾਕੀ ਚਾਹ ਆਪਣੀ ਹੋ ਗਈ ਆ ਬੋਇਲ, ਮੈਂ ਘੱਟ ਕੇ ਕਰ ਦਿੰਦੀ ਹਾਂ ਗੈਸ। ਇਹਨੇ ਪਵਿੱਤਰ ਸੁੱਤੀ ਪਈ ਹੈ, ਨਾਲ ਤਾਂ ਮੈਂ ਹੁਣ ਦੇ ਰੋਟੀ ਬਣਾਉਣੀ ਹੈਗੀ, ਨਾਲੇ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਕਰੂੰਗੀ ਅਤੇ ਕੱਲ੍ਹ ਦੇ ਲਈ ਪ੍ਰੈਪ ਕਰਕੇ ਰੱਖੂੰਗੀ ਤਾਂ ਜੋ ਕੱਲ੍ਹ ਨੂੰ ਮੈਨੂੰ ਈਜ਼ੀ ਰਹੇ, ਬਿਕੋਜ਼ ਫਿਰ ਬਰਥਡੇ 'ਤੇ ਇੰਨਾ ਕੁਛ ਨਹੀਂ ਹੋ ਸਕਦਾ। ਸੋ ਦੇਖੀ ਉਹਦਾ ਕੀ ਹੈ, ਮਤਲਬ ਕਿ 2 ਪਾਰਟਸ ਦੇ ਵਿੱਚ ਸਾਰਾ ਕੁਛ ਮੈਨੂੰ ਡਿਵਾਈਡ ਕਰਨਾ ਪਊਗਾ, ਇਸ ਕਰਕੇ ਆਹ ਦੇਖੋ ਆਹ ਮੈਂ ਆਹ ਰਾਤ ਪੇ ਕੇ ਰੱਖੇ ਸੀ, ਇਹਦੀ ਮੈਂ ਹੁਣ ਪ੍ਰੈਪਰੇਸ਼ਨ ਕਰਕੇ ਰੱਖੂ। ਅਨੀਆਂ ਨੇ ਜਿਹੜੇ ਮੰਨੀ ਕੱਟਤੇ ਸੀ, ਸੋ ਬਾਕੀ ਦਾ ਕੰਮ ਨਾਲ ਦੇ ਨਾਲ ਕਰੀ ਜਾਵਾਂਗੇ। ਈਵਨਿੰਗ ਦੀ ਸਾਰੀ ਤਿਆਰੀ ਹੋ ਚੁੱਕੀ ਹੈ, ਸਬਜ਼ੀ ਮੈਂ ਰੱਖਤੀ, ਆਟਾ ਗੁੰਨਤਾ ਅਤੇ ਉਹ ਮੈਂ ਹਾਲੇ ਨਹੀਂ ਚੱਕਿਆ, ਬਿਕੋਜ਼ ਮੈਨੂੰ ਉਹਦੀ ਨੀਡ ਹੈਗੀ। ਮੈਂ ਕੱਲ੍ਹ ਦੇ ਲਈ ਜਿਹੜਾ ਮਸਾਲੇ ਵਗੈਰਾ ਰੈਡੀ ਕਰਨੇ ਨੇਗੇ। ਇੱਧਰ ਪਵਿੱਤਰ ਦਾ ਪਾਣੀ ਰੱਖਤਾ, ਹੁਣ ਮੈਂ ਇੱਕ ਵਾਰੀ ਪਵਿੱਤਰ ਨੂੰ ਦੇਖਿਆ ਵਾਂ ਅਤੇ ਆ ਕੇ ਫਿਰ ਮੈਂ ਜਿਹੜੀ ਦੂਜੀ ਪ੍ਰੈਪਰੇਸ਼ਨ ਹੈ ਕੱਲ੍ਹ ਦੇ ਲਈ ਉਹ ਸਟਾਰਟ ਕਰਦੀ ਹੈਗੀ, ਕਿਉਂਕਿ ਕੱਲ੍ਹ ਨੂੰ ਫਿਰ ਇੰਨਾ ਕੁਛ ਨਹੀਂ ਹੋਣਾ ਅਤੇ ਸਾਰਾ ਕੁਛ ਮੈਂ ਪਹਿਲੀ ਗੱਲ ਤਾਂ ਇਹ ਵੀ ਮਤਲਬ ਮੈਂ ਘਰ ਬਣਾ ਰਹੀ, ਮੈਂ ਕੋਈ ਵੀ ਚੀਜ਼ ਹੈ ਜਿਹੜੀ ਬਾਜ਼ਾਰ 'ਚੋਂ ਮੁੱਲ ਦੀ ਨਹੀਂ ਲੈ ਕੇ ਆ ਰਹੀ, ਹਰ ਚੀਜ਼ ਖਾਣ ਵਾਲੀ ਮੈਂ ਘਰ ਬਣਾਉਂਗੀ। ਮਤਲਬ ਉਹ ਹੈਲਦੀ ਵੀ ਹੋਊਗਾ ਅਤੇ ਉਹਦਾ ਪਤਾ ਵੀ ਹੋਊਗਾ ਵੀ ਕਿਵੇਂ ਬਣੀ ਆ, ਹੈ ਨਾ, ਵੀ ਕੀ ਕੀ ਚੀਜ਼ ਪਈ ਹੈਗੀ, ਕਿਉਂਕਿ ਜਿਹੜੇ ਆਪਾਂ ਬਾਹਰੋਂ ਲੈ ਕੇ ਆਉਂਦਾ ਉਹ ਚੀਜ਼ਾਂ ਉਨੀਆਂ ਵਧੀਆ ਨਹੀਂ ਹੁੰਦੀਆਂ। ਯੂਜ਼ ਕਰ ਲੈਂਦੇ ਹਾਂ, ਸਾਰੇ ਕਰਦੇ ਨੇ, ਨੋ ਡਾਊਟ, ਬਟ ਮੈਂ ਜਿਹੜੇ ਹੈਗੇ ਜ਼ਿਆਦਾਤਰ ਘਰ ਬਣਾਉਣੀ ਹੁੰਦੀ ਆ ਹਰ ਇੱਕ ਚੀਜ਼। ਸੋ ਆਪਾਂ ਕੱਲ੍ਹ ਨੂੰ ਪਾਰਟੀ ਦੇ ਲਈ ਸਾਰਾ ਖਾਣਾ ਘਰ ਬਣਾਵਾਂਗੇ, ਮੈਂ ਆਪ ਬਣਾਉਂਗੀ। ਇਹ ਨਹੀਂ ਹੈਗਾ ਵੀ ਆਪਾਂ ਨੇ ਕਿਸੇ ਤੋਂ ਬਣਵਾ ਲਿਆ, ਕਹਿਤਾ ਵੀ ਚਲੋ ਬਣਵਾਇਆ ਹੈਗਾ, ਮਤਲਬ ਬਾਹਰੋਂ ਕੁਛ ਨਹੀਂ ਬਣਵਾਉਣਾ, ਸਾਰਾ ਘਰੇ ਇੱਥੇ ਹੀ ਰੈਡੀ ਹੋਊਗਾ। ਚਲੋ ਫਿਰ ਹੁਣ ਮੈਂ ਪਵਿੱਤਰ ਨੂੰ ਦੇਖਿਆ ਮੈਂ ਇੱਕ ਵਾਰੀ, ਪਵਿੱਤਰ ਦਿਖਾਉਣੀ ਹੁਣ ਉਹਨੂੰ ਮੈਂ ਕਿਵੇਂ ਪਾਉਣੀ ਹੁੰਦੀ ਹੈਗੀ। ਅੱਜ ਤਾਂ ਮੇਰੇ ਵੈਸੇ ਕੱਪੜੇ ਵੀ ਪਾਏ ਨੇਗੇ ਸੁੱਕਣੇ ਪਾਉਣ ਵਾਲੇ, ਉਹਨਾਂ ਨੂੰ ਪੂਰਾ ਲਪੇਟ ਕੇ ਪਾਉਣੀ ਹੁੰਦੀ ਹੈਗੀ ਇੱਦਾਂ, ਉਹਦੇ ਆਲੇ ਦੁਆਲੇ ਸਾਰੀ ਬਾਉਂਡਰੀ ਮਾਰ ਕੇ ਕੰਬਲ ਦੀ, ਸਰਾਣਿਆਂ ਦੀ, ਉਹਨੂੰ ਫਿਰ ਮੈਂ ਸੈਂਟਰ 'ਚ ਪਾਉਣੀ ਹੁੰਦੀ ਹਾਂ। ਉੱਠ ਰਿਹਾ ਹੈਗਾ ਉਹ, ਵੈਸੇ ਜੇ ਪੈ ਜੀ ਚੰਗੀ ਗੱਲ ਹੈ, ਉਦਣ ਇਹ ਗਿਰ ਗਿਆ ਸੀ ਨਾ ਤਾਂ ਕਰਕੇ ਫਿਰ ਮੈਂ ਹੁਣ ਇਹਦੇ ਆਲੇ ਦੁਆਲੇ ਸਾਰੇ ਬਾਉਂਡਰੀ ਮਾਰ ਦਿੰਦੀ ਹਾਂ, ਇਹਨੂੰ ਵੀ ਕ੍ਰੋਸ ਨਹੀਂ ਕਰ ਸਕਦੀ। ਵੈਸੇ ਤਾਂ ਇਹ ਜਦੋਂ ਉੱਠਦੀ ਹੈਗੀ ਮਤਲਬ ਇਹ ਬੁਲਾ ਲੈਂਦੀ ਹੈਗੀ ਮੈਨੂੰ ਉਹਦੀ ਨਾਲ ਦੀ ਨਾਲ, ਅਤੇ ਮੈਨੂੰ ਪਤਾ ਲੱਗ ਜਾਂਦਾ ਵਾ, ਅਤੇ ਇਹ ਹੈ ਵੀ ਜੇ ਮੈਂ 5 ਮਿੰਟ ਲੇਟ ਵੀ ਹੋ ਰਹੀ ਹਾਂ ਤਾਂ ਇਹ ਬਾਉਂਡਰੀ ਕ੍ਰੋਸ ਨਹੀਂ ਕਰ ਪਾਊਗੀ। ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ, ਹੈ ਨਾ, ਸਾਰੇ ਕਰ ਸਕਦੇ ਹਾਂ, ਵੀ ਹਰ ਇੱਕ ਆਪਣੇ ਬੱਚੇ ਦੇ ਬਚਾਅ ਲਈ ਕਰਦਾ ਹੈਗਾ, ਅਤੇ ਮੈਂ ਤਾਂ ਇਹ ਤਰੀਕਾ ਕਰਦੀ ਹੁੰਦੀ ਹੈਗੀ। ਮਤਲਬ ਵੱਡਾ ਬਲੈਂਕਟ ਲਾ ਕੇ ਆਲੇ ਦੁਆਲੇ ਪਿੱਲੋ ਲਾ ਦਿੰਦੀ ਹੁੰਦੀ ਹਾਂ, ਪੂਰੀ ਕੰਧ 'ਚ ਵੀ ਵਾਂਗੂ ਹੋ ਜਾਂਦਾ ਹੈਗਾ, ਨਾਲੇ ਉਹ ਸੈਂਟਰ 'ਚ ਨਿੱਘ 'ਚ ਪਈ ਰਹਿੰਦੀ ਹੈਗੀ। ਤੁਸੀਂ ਕਿਵੇਂ ਕਰਦੇ ਹੁੰਦੇ ਹੋ ਉਹ ਮੈਨੂੰ ਜ਼ਰੂਰ ਦੱਸਿਓ। ਉੱਠ ਗਿਆ ਮੇਰਾ ਕਾਕਾ, ਛੂਹ ਨਹੀਂ ਭਰੀ, ਪਰ ਹੋ ਗਈ ਸੀ ਥੋੜ੍ਹੀ ਜਿਹੀ ਧਾਂਸ ਜੀ ਹੋ ਗਈ ਸੀ ਤੜਕੇ ਦੀ। ਫਿਰ ਮੈਂ ਇੱਧਰਲਾ ਗੇਟ ਵੀ ਖੋਲ੍ਹਿਆ ਵਾਲਾ ਅਤੇ ਉੱਧਰੋਂ ਮੇਨ ਗੇਟ ਵੀ ਖੋਲ੍ਹਿਆ ਹੈਗਾ, ਵੀ ਦੋਨੇ ਪਾਸੇ ਇੱਦਾਂ ਕ੍ਰੋਸ ਹੋ ਕੇ ਜਲਦੀ ਨਿਕਲ ਜੂਗੀ। ਨਾਲ ਚਲਾਤਾ ਐਗਜ਼ੋਸਟ, ਪਤਾ ਨਹੀਂ ਕਿਉਂ ਇੱਦਾਂ ਹੋ ਗਈ ਸੀਗੀ, ਅਤੇ ਨਾਲ ਹੀਟ ਲਾਈ ਹੈਗੀ ਵੀ ਕਿਤੇ ਪਵਿੱਤਰ ਨੂੰ ਠੰਡ ਵੀ ਨਾ ਲੱਗੇ। ਅਤੇ ਹੁਣ ਮੈਂ ਕੱਢ ਕੇ ਲਿਆਉਂਦੀ ਕੱਪੜੇ, ਪਵਿੱਤਰ ਨੂੰ ਮੈਂ ਦੇ ਤਾ ਦੁੱਧ, ਉਹ ਦੁੱਧ ਪੀ ਰਹੀ ਹੈਗੀ, ਹੈ ਨਾ ਪਵਿੱਤਰ,
ਪਵਿੱਤਰ ਦੁੱਧ ਪੀ ਕੇ ਬਸ ਫਿਰ ਇਹ ਖੇਡਦੀ ਰਹੂਗੀ, ਇਹਨੇ ਇਹਦੀ ਮੰਮਾ ਕੰਮ ਕਰ ਲੂਗੀ। ਲਓ ਜੀ 10 ਮਿੰਟਾਂ 'ਚ ਤਾਂ ਹੰਸ ਜਿਹੜੀ ਹੈ ਚਲੀ ਗਈ ਹੈਗੀ, ਕਿਉਂਕਿ ਹਵਾ ਕ੍ਰੋਸ ਹੋ ਗਈ ਹੈਗੀ। ਹੁਣ ਮੈਂ ਕਿਹਾ ਪਹਿਲਾਂ ਮੇਨ ਗੇਟ ਬੰਦ ਕਰਦਾ ਵੀ, ਚਲੋ ਫਿਰ ਵੀ ਚਾਹੇ ਉਰੇ ਕੋਈ ਮਤਲਬ ਡਰ ਨਹੀਂ ਹੈਗਾ, ਫਿਰ ਵੀ ਆਪਾਂ ਨੂੰ ਆਪਣੀ ਸਿਕਿਉਰਟੀ ਰੱਖਣੀ ਚਾਹੀਦੀ। ਕਈ ਵਾਰੀ ਨਾ ਕਿਸੇ ਕਿਸੇ ਏਰੀਏ 'ਚ ਡਰੱਗ ਹੀ ਲੋਕ ਨੇ ਜਿਹੜੇ ਉਹ ਫਿਰਦੇ ਹੁੰਦੇ ਨੇ, ਅਤੇ ਤਾਂ ਕਰਕੇ ਮੈਂ ਕਿਹਾ ਵੀ ਇਹ ਮੇਨ ਗੇਟ ਬੰਦ ਕਰਾਂ। ਹੁਣ ਮੈਂ ਇੱਧਰਲਾ ਵੀ ਬੰਦ ਕਰਦੀ ਹਾਂ, ਨਾਲ ਤਾਂ ਠੰਡਾ ਜਾਏਗਾ, ਉਹ ਗਰਮ ਹੋ ਜੂਗਾ, ਹੀਟਰ ਲਾਏ ਦਾ ਫਿਰ ਨਹੀਂ ਕੀ ਪਤਾ ਲੱਗੂਗਾ। ਲਓ ਜੀ ਆਪਾਂ ਨੇ ਕਰਤਾ ਇਹ ਗੇਟ ਵੀ ਬੰਦ, ਸਾਰੇ ਬਿਮਾਰ ਹੋਏ ਪਏ ਨੇ ਘਰ 'ਚ, ਕੋਲਡ ਹੋਇਆ ਪਿਆ, ਕਿਸੇ ਨੂੰ ਕੁਛ ਹੋ ਰਿਹਾ, ਕਿਸੇ ਨੂੰ ਲਾਈਕ ਮੌਸਮ ਇੱਕਦਮ ਚੇਂਜ ਹੋ ਗਿਆ, ਕਿਉਂਕਿ ਇੱਕਦਮ ਹੀ ਬਰਫ਼ ਜੰਮ ਗਈ। ਹੁਣ ਮੈਂ ਕੱਢ ਦਿਆਂਗੀ ਕੱਪੜੇ ਮਸ਼ੀਨ 'ਚੋਂ। ਧੋਤੇ ਸੀਗੇ ਕੱਪੜੇ ਸਾਰੇ, ਸੁੱਕਣੇ ਪਾ ਤੇ, ਹੁਣ ਮੈਂ ਬਾਕੀ ਦੇ ਕੰਮ ਕਰ ਦਿਆਂਗੀ। ਕੱਪੜੇ ਬਹੁਤ ਜ਼ਿਆਦਾ ਸੀ, ਡੇਲੀ ਇੰਨੇ ਜ਼ਿਆਦਾ ਹੋ ਜਾਂਦੇ ਨੇਗੇ, ਮੈਂ ਕਿਹਾ ਵੀ ਚਲੋ ਰਾਤ ਨੂੰ ਸੁੱਕ ਜਾਣਗੇ, ਹੀਟਰ ਲੱਗੀ ਹੋਈ ਹੋਊਗੀ। ਅਤੇ ਆਹ ਮੈਂ ਬਾਹਰ ਕੱਢ ਕੇ ਆਉਣੀ, ਆਹ ਵਾਲਾ ਖਾਲੀ ਹੈ ਸਟੈਂਡ। ਪ੍ਰੈਪਰੇਸ਼ਨ ਮੈਂ ਨਾਲ ਨਾਲ ਕਰੀ ਜਾਂਦੀ ਹੈਗੀ, ਫਿਰ ਮੈਂ ਹੁਣ ਸੋਚਿਆ ਵੀ ਮੈਂ ਪਹਿਲਾਂ ਰੋਟੀ ਬਣਾ ਦਾ, ਸ਼ਾਮ ਨੂੰ ਤਾਂ ਖਾਣੀ ਹੈਗੀ, ਵੀ ਚਲੋ ਪ੍ਰੈਪ ਤਾਂ ਮੈਂ ਇੱਕ ਵਾਰੀ ਸਾਰਾ ਕਰਕੇ ਪਾਉਂਗੇ, ਅਤੇ ਚਲੋ ਹੁਣ ਆਪਾਂ ਰੋਟੀ ਬਣਾ ਲੈਂਦੇ ਹਾਂਗੇ। ਰੋਟੀ ਬਣਾ ਕੇ ਜਿਹੜਾ ਬਾਕੀ ਦਾ ਕੰਮ ਰਹਿ ਗਿਆ ਉਹ ਕਰਾਂਗੇ, ਕਿਉਂਕਿ ਮਸਾਲੇ ਵਗੈਰਾ ਹਲੇ ਬਣਾਉਣੇ ਰਹਿੰਦੇ ਹੈਗੇ, ਉਹ ਵੀ ਮੈਂ ਹੋਮ ਮੇਡ ਹੀ ਯੂਜ਼ ਕਰਦੀ ਹੁੰਦੀ ਹਾਂ। ਇਹ ਨਹੀਂ ਹੈਗਾ ਵੀ ਮੈਨੇ ਸਬਜ਼ੀਆਂ ਵਾਲੇ ਮਸਾਲੇ ਬਣਾਉਣੇ ਨੇ, ਮੈਂ ਕੋਈ ਸਪੈਸ਼ਲ ਮਸਾਲਾ ਬਣਾਉਣਾ ਗਾ ਜਿਹੜਾ ਮੇਰੀ ਡਿਸ਼ ਦੇ ਵਿੱਚ ਯੂਜ਼ ਹੋਊਗਾ, ਉਹਦੀ ਗੱਲ ਕਰ ਰਹੀ ਹਾਂ ਮੈਂ। ਸੋ ਚਲੋ ਪਹਿਲਾਂ ਪਰੌਂਠੀਆਂ ਬਣਾ ਲਈਏ। ਮੈਂ ਲੱਗ ਗਈ ਸੀ ਰੋਟੀ ਬਣਾਉਣ, ਰੋਟੀ ਬਣਾਉਂਦੇ ਬਣਾਉਂਦੇ ਮੇਰੇ ਇੱਕ ਗੱਲ ਯਾਦ ਆਈ, ਮੈਂ ਸੋਚ ਰਹੀ ਸੀ ਵੀ ਇੰਨਾ ਮੇਰਾ ਬਜਟ ਹੈ ਨਾ, ਮੈਂ ਪਾਰਟੀ ਦੇ ਲਈ ਵੀ ਇੱਦਾਂ ਦਾ ਮੈਂ ਚੀਜ਼ਾਂ ਕਰਨੀਆਂ ਨੇਗੀਆਂ। ਮੈਂ ਸਾਰੇ ਇੱਕ ਬਜਟ ਪਲੈਨ ਦੇ ਨਾਲ ਚੱਲਦੀ ਹੁੰਦੀ ਹਾਂ ਕੋਈ ਵੀ ਕੰਮ ਕਰਾਂ। ਪਹਿਲਾਂ ਨਹੀਂ ਸੀ ਐਵੇਂ ਕਰਦੀ, ਬਟ ਹੁਣ ਮਤਲਬ ਜਿਸ ਦਿਨ ਦੀ ਪਵਿੱਤਰ ਹੋਈ ਆ ਉਸ ਦਿਨ ਦਾ ਸੀ, ਮੈਂ ਹਰ ਇੱਕ ਚੀਜ਼ ਦੀ ਪਲੈਨਿੰਗ ਨਾਲ ਹੀ ਚੱਲਦੀ ਹਾਂ, ਬਿਕੋਜ਼ ਸਾਡੇ 'ਚ ਇੱਕ ਜਣਾ ਕੰਮ ਕਰ ਰਿਹਾ ਹੈ ਨਾ, ਵੀ ਪਹਿਲਾਂ ਤਾਂ ਇਹ ਹੁੰਦਾ ਸੀ ਚਲੋ ਦੋਨੇ ਜਣੇ ਕੰਮ ਕਰਦੇ ਸੀ, ਖਰਚਾ ਵੱਧ ਵੀ ਕਰ ਲਿਆ ਡੈਡ ਸਿੱਟ। ਹੁਣ ਬਲਕਿ ਅਸੀਂ ਖਰਚਾ ਵੱਧ ਕਰਨ ਲੱਗ ਗਏ, ਮਤਲਬ ਚੀਜ਼ਾਂ ਜ਼ਿਆਦਾ ਲੈਣ ਲੱਗ ਗਏ, ਅਤੇ ਪਰ ਕਿਵੇਂ ਵੀ ਬਜਟ ਪਲੈਨ ਦੇ ਨਾਲ, ਜਦੋਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਇੱਕ ਪੂਰਾ ਸਮੀਖਿਆ ਹੋਇਆ ਬਜਟ ਬਣਾ ਕੇ ਚੱਲ ਰਹੇ ਹਾਂ ਤਾਂ ਆਪਣੇ ਲਈ ਸਾਰਾ ਕੁਛ ਈਜ਼ੀ ਹੋ ਜਾਂਦਾ ਹੈਗਾ। ਮੈਂ ਪਾਰਟੀ ਦਾ ਪੂਰਾ ਬਜਟ ਰੈਡੀ ਕੀਤਾ ਹੁੰਦਾ ਵੀ ਮੈਂ ਇੰਨੇ ਪੈਸੇ ਲਾਉਣੇ ਆ ਹੈ ਨਾ, ਵੀ ਇੰਨੇ ਇਹ ਚੀਜ਼ ਕਰਨੀ ਹੈ, ਇਹ ਚੀਜ਼ ਇੰਨੇ ਬਜਟ ਦੇ ਵਿੱਚ ਹੋਣੀ ਚਾਹੀਦੀ, ਅਤੇ ਉਨੇ ਬਜਟ ਦੇ ਵਿੱਚ ਹੋ ਵੀ ਰਹੀ ਹੈਗੀ, ਬਹੁਤ ਈਜ਼ੀਲੀ ਹੋ ਜਾਂਦਾ। ਆਪਾਂ ਮਤਲਬ ਇੱਕ ਘਰ ਨਹੀਂ ਬਜਟ ਨਾਲ ਜੇ ਚਲਾ ਸਕਦੇ ਤਾਂ ਦੇਖੋ ਸਰਕਾਰਾਂ ਨੇ ਉਹ ਵੀ ਤਾਂ ਬਜਟ ਪਲੈਨ ਕਰਦੀਆਂ ਨੇਗੀਆਂ, ਮਤਲਬ ਕਿ ਹੈ ਨਾ ਦੇਸ਼ ਨੂੰ ਚਲਾਉਣ ਦੇ ਲਈ, ਤਾਂ ਫਿਰ ਆਪਾਂ ਆਪਣਾ ਘਰ ਤੋਂ ਹੀ ਸ਼ੁਰੂਆਤ ਕਿਉਂ ਨਾ ਕਰੀਏ। ਆਪਾਂ ਘਰ ਹੀ ਵਧੀਆ ਬਜਟ ਨਾਲ ਚਲਾਵਾਂਗੇ ਤਾਂ ਸਾਰਾ ਕੁਛ ਮਤਲਬ ਅੱਗੇ ਅੱਗੇ ਹੈ ਨਾ ਹੋ ਜਾਂਦਾ ਹੈਗਾ, ਵਧੀਆ ਆਪਣਾ ਸਰਕਲ ਵਧੀਆ ਹੋ ਜਾਂਦਾ ਹੈਗਾ। ਇਸ ਕਰਕੇ ਮੈਂ ਜਿਹੜਾ ਹਰੇਕ ਚੀਜ਼ ਦਾ ਬਜਟ ਬਣਾ ਕੇ ਚੱਲਦੀ ਹੁੰਦੀ ਹੈਗੀ। ਇਹ ਚੀਜ਼ਾਂ ਤੋਂ ਮੈਨੇ ਕਾਫੀ ਚੀਜ਼ਾਂ ਸਿੱਖੀਆਂ ਨੇ ਹੁਣ, ਮਤਲਬ ਪਹਿਲਾਂ ਵੀ ਇਹ ਹੁੰਦਾ ਸੀ ਹੈ ਨਾ ਵੀ ਚਲੋ ਗਏ ਲਾ ਤੇ ਪੈਸੇ ਓਕੇ, ਹੁਣ ਚੀਜ਼ਾਂ ਉਸ ਤੋਂ ਜ਼ਿਆਦਾ ਲੈ ਲੈਂਦੇ ਹਾਂ, ਪਰ ਉਹਦੇ ਨਾਲ ਇਹ ਹੁੰਦਾ ਹੈਗਾ ਵੀ ਇੱਕ ਪਲੈਨ ਦੇ ਨਾਲ ਲੈਣੇ ਹੈਗੇ ਵੀ ਆਹ ਚੀਜ਼ ਦੀ ਜ਼ਰੂਰਤ ਹੈ, ਇਹ ਚਾਹੀਦੀ ਚਾਹੀਦੀ ਆਪਾਂ ਲੈਣੀ ਹੈਗੀ, ਅਤੇ ਇਹਦੇ ਲਈ ਪੈਸਿਆਂ ਨੂੰ ਕਿੱਦਾਂ ਸੇਵ ਕਰਨਾ ਹੈ। ਜੇ ਆਪਾਂ ਇੱਦਾਂ ਚੱਲ ਦਿਆਂਗੇ, ਦੇਖੋ ਕਈਆਂ ਨੇ ਹੁਣ ਮੈਨੂੰ ਇਹ ਵੀ ਕਹਿ ਦੇਣਾ ਵਾ ਵੀ ਹਾਂਜੀ ਤੁਸੀਂ ਤਾਂ ਵੀ ਖਰਚਾ ਨਹੀਂ ਕਰਦੇ ਹੈ ਨਾ, ਜਾਂ ਕੰਜੂਸ ਕੰਜੂਸ ਵਰਡ ਆ ਜਾਂਦਾ ਹੈਗਾ, ਪਰ ਕੋਈ ਤਾਂ ਵੀ ਮੈਨੂੰ ਨਹੀਂ ਲੱਗਦਾ ਵੀ ਕੰਜੂਸੀ ਵਾਲੀ ਗੱਲ ਹੈ। ਜੇ ਆਪਾਂ ਕੋਈ ਇੱਕ ਚੀਜ਼ ਦਾ ਬਜਟ ਬਣਾ ਕੇ ਚੱਲ ਰਹੇ ਹਾਂ ਤਾਂ ਆਪਣੇ ਹਰ ਇੱਕ ਚੀਜ਼ ਜਿਹੜੀ ਵਧੀਆ ਟਾਈਮ 'ਤੇ ਵਧੀਆ ਤਰੀਕੇ ਨਾਲ
ਤੇ ਬਿਨਾਂ ਕਿਸੇ ਬਰਡਨ ਤੋਂ, ਮੇਨ ਕੰਮ ਬਿਨਾਂ ਕਿਸੇ ਬਰਡਨ ਤੋਂ ਹੋ ਜਾਂਦਾ ਹੈਗਾ, ਆਪਣੇ 'ਤੇ ਬਰਡਨ ਨਹੀਂ ਹੁੰਦਾ ਹੈਗਾ। ਅਤੇ ਜੇ ਹੁਣ ਆਪਾਂ ਇੱਕੋ ਵਾਰੀ ਜੇ ਚੱਲਾਂਗੇ ਵੀ ਖੁੱਲ੍ਹੇ ਪੈਸੇ ਡਾ ਕੇ ਹੈ ਨਾ ਪਾਰਟੀ ਕਰ ਲਈ ਆਪਾਂ ਨੇ, ਉਹਦੇ 'ਚ ਫੁੱਲ ਖਰਚਾ ਕੀਤਾ, ਬਾਅਦ 'ਚ ਉਹਦੇ ਝੁੱਗਾ ਚੌੜ ਕਰਾ ਕੇ ਉਹਦਾ ਕੋਈ ਫਾਇਦਾ ਨਹੀਂ। ਸੋ ਇਸ ਤਰ੍ਹਾਂ ਪਲੈਨ ਕਰੋ ਆਪਦਾ ਹਰੇਕ ਚੀਜ਼ ਵੀ, ਬਾਅਦ 'ਚ ਆਪਣੇ ਪਛਤਾਉਣਾ ਨਾ ਪਵੇ। ਮੈਂ ਇੱਦਾਂ ਪਲੈਨ ਕਰਦੀ ਹਾਂ, ਤੁਸੀਂ ਕਿਵੇਂ ਕਰਦੇ ਹੋ ਇਹ ਜ਼ਰੂਰ ਦੱਸਿਓ ਹੈ ਨਾ। ਕਰੀਏ ਹਰੇਕ ਦਾ ਬਜਟ ਪਲੈਨ ਹੁੰਦਾ ਗਾ ਜੀ, ਸੋ ਬਜਟ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਚੱਲਦਾ। ਤੁਸੀਂ ਕਰਦੇ ਕਿ ਨਹੀਂ ਕਰਦੇ ਉਹ ਮੈਨੂੰ ਜ਼ਰੂਰ ਦੱਸਿਓ, ਕਿ ਪਵਿੱਤਰ ਖੇਡੀ ਰਹਿੰਦੀ ਹੈਗੀ। ਮੈਂ ਕਿਹਾ ਫਿਰ ਮੈਂ ਫਟਾਫਟ ਰੋਟੀ ਬਣਾ ਦਾ, ਪਹਿਲਾਂ ਬੈਟਰ ਬਣਾਉਂਦੇ ਹੋਏ ਉਹ ਰੋਣ ਲੱਗ ਗਈ ਸੀਗੀ। ਅੱਗੇ ਤੋਂ ਪ੍ਰੈਪ ਕਰਤੀ, ਜਿਹੜੀ ਨੂੰ ਟਾਈਮ ਲੱਗਣਾ ਸੀਗਾ ਉਹ ਕਰਕੇ ਰੱਖਦੀ, ਬਾਕੀ ਜਿਹੜੀਆਂ ਹੈਗੀ ਟਾਈਮ ਟੂ ਟਾਈਮ ਹੋਣਗੀਆਂ ਉਹ ਰੋਟੀ ਤੋਂ ਬਾਅਦ ਕਰੂੰਗੀ ਮੈਂ। ਮੈਂ ਕਹਿੰਦੀ ਪਹਿਲਾਂ ਨਾਲੇ ਤਾਂ ਟਿਫਨ ਤਿਆਰ ਕਰਨਾ, ਟਿਫਨ ਤਿਆਰ ਕਰਦਾ ਅਤੇ ਨਾਲੇ ਫਿਰ ਮਨਪ੍ਰੀਤ ਵੀ ਆਉਣਗੇ ਰੋਟੀ ਦੇ ਲਈ, ਸਾਰਾ ਕੁਛ ਰੈਡੀ ਕਰਕੇ ਰੱਖਦਾ ਮੈਂ। ਚਲੋ ਹੁਣ ਮੈਂ ਰੋਟੀ ਬਣਾ ਕੇ ਮਿਲੂੰਗੀ। ਰੋਟੀਆਂ ਬਣਾਉਂਦੇ ਬਣਾਉਂਦੇ ਪਵਿੱਤਰ ਲੱਗ ਹੀ ਹੋਣ, ਮੈਨੂੰ ਸ਼ੁਕਰ ਰੋਟੀਆਂ ਸਾਰੀਆਂ ਬਣ ਗਈਆਂ ਸੀ। ਫਿਰ ਫਟਾਫਟ ਹੱਥ ਧੋ ਕੇ ਦੋ ਰੋਟੀਆਂ ਵੇਲ ਕੇ ਰੱਖ ਲਈਆਂ। ਮੈਂ ਕਿਹਾ ਫਿਰ ਹੱਥ ਧੋ ਕੇ ਇਹਨੂੰ ਚੱਕਾਂ ਪਹਿਲਾਂ, ਹੁਣ ਰਾੜ ਤਾਂ ਮੈਂ ਕਿਉਂਕਿ ਲਊਂਗੀ ਹੁਣ, ਰਾੜ ਨੇ ਤਾਂ ਸੌਖੇ ਨੇ, ਵੇਲਣੇ ਔਖੇ ਹੋ ਜਾਂਦੇ ਨੇ। ਨਾਲੇ ਚਲੋ ਇਹ ਚੁੱਪ ਕਰ ਗਈ ਹੁਣ, ਕਿਉਂਕਿ ਫਿਰ ਐਂ ਹੁੰਦਾ ਗਾ ਚਲੋ ਹੁਣ ਜੇ ਜਵਾਕ ਰੋ ਰਿਹਾ ਤਾਂ ਇਹਦੀ ਵੀ ਕੇਅਰ ਕਰਨੀ ਜ਼ਰੂਰੀ ਹੈਗੀ। ਰੋਟੀਆਂ ਬਣ ਗਈਆਂ ਆਪਣੀਆਂ ਆਲਮੋਸਟ, ਬਸ ਇਹ ਇੱਕ ਹੱਥ ਨਾਲ ਚੱਕ ਚੱਕ ਕੇ ਪਾ ਦੂੰਗੀ, ਪੈਰ ਦਾ ਥੋੜ੍ਹਾ ਔਖਾ ਕੰਮ। ਲਓ ਜੀ ਇਹਨੂੰ ਆਪਾਂ ਚੱਕ ਦੇਣਾ। ਗੈਸ ਮੈਂ ਹਾਲੇ ਨਹੀਂ ਸਾਫ ਕਰਦੀ, ਬਿਕੋਜ਼ ਮੈਂ ਬਹੁਤ ਜ਼ਿਆਦਾ ਕੰਮ ਕਰਨਾ ਗੈਸ 'ਤੇ ਹੈਗੀ, ਵੈਸੇ ਤਾਂ ਮੈਂ ਨਾਲ ਨਾਲ ਵੀ ਕਰਦੀ ਹੁੰਦੀ ਹੈਗੀ। ਅੱਜ ਮੈਂ ਜਿਹੜਾ ਗੈਸ ਉਹ ਵੀ ਛੱਡ ਦੂੰਗੀ, ਹੁਣ ਤਾਂ ਪਵਿੱਤਰ ਚੁੱਪ ਹੋ ਜੂਗੀ ਉਹਨੇ ਟਾਈਮ 'ਚ, ਅਤੇ ਨਾਲੇ ਮੈਂ ਰੋਟੀ ਰੋਟੀ ਖਾ ਕੇ ਜਿਹੜਾ ਹੈਗਾ ਬਾਕੀ ਦਾ ਅੱਗੇ ਦੀ ਪ੍ਰੈਪਰ ਸਟਾਰਟ ਕਰਦੀ ਹੈਗੀ। ਪਵਿੱਤਰ ਤੂੰ ਰੋਂਦਾ ਗਾ ਤੇ ਸੋਹਣੇ ਕਾਕੇ, ਉਹ ਮੱਖਣਾ ਉਹ ਛੋਹਣੇ ਮੱਖਣਾ ਛੋਹਣੀ ਚਿੜੀ। ਮੈਂ ਤਾਂ ਪਵਿੱਤਰ ਕੰਮ ਨਮੇੜ ਕੇ ਹੁਣ ਬੈਠ ਗਈ ਹਾਂ, ਜਦੋਂ ਮਨਪ੍ਰੀਤ ਆਊਗਾ ਤਾਂ ਰੋਟੀ ਤੋਂ ਉਦੋਂ ਖਾਵਾਂਗੇ, ਕਿਉਂਕਿ ਹੁਣ ਇਹ ਰੋ ਰਹੀ ਸੀਗੀ। ਇਹਦੇ ਕਰਕੇ ਮੈਂ ਕਿਹਾ ਵੀ ਥੋੜ੍ਹਾ ਟਾਈਮ ਇਹਦੇ ਨਾਲ ਸਪੈਂਡ ਕਰ ਲਈਏ, ਵੀ ਜਦੋਂ ਇਹ ਖੇਡ ਲੱਗ ਗਈ ਬਾਕੀ ਦੀ ਪ੍ਰੈਪਰੇਸ਼ਨ ਫੇਰ ਕਰੂੰਗੀ। ਅਤੇ ਨਾਲੇ ਮੈਂ ਕਿਹਾ ਵੀ ਇੱਥੇ ਆਪਾਂ ਚਲੋ ਬਲੌਗ ਦਾ ਐਂਡ ਕਰ ਦਈਏ ਇਹ ਵਾਲੇ ਦਾ, ਅਤੇ ਉਹ ਤਾਂ ਆਪਾਂ ਨੈਕਸਟ ਬਲੌਗ 'ਚ ਪਾਵਾਂਗੇ ਵੀ ਕੀ ਬਣਾਇਆ ਹੈ ਨਾ ਸਾਰਾ, ਉਹ ਅਲੱਗ ਤੋਂ ਵੀਡੀਓ ਆਊਗੀ, ਮਤਲਬ ਕਿਹੜੀ ਕਿਹੜੀ ਚੀਜ਼ਾਂ ਬਣਾਈਆਂ ਅਤੇ ਉਹਨਾਂ ਦੀ ਕੀ ਰੈਸਿਪੀ ਆ ਉਹ ਆਪਾਂ ਅਲੱਗ ਦੇਵਾਂਗੇ ਸਾਰਾ ਕੁਛ। ਅਤੇ ਆਪਾਂ ਬਲੌਗ ਦਾ ਇੱਥੇ ਕਰਦੇ ਐਂਡ, ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ। ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸੋ ਬਾਏ ਬਾਏ।